असलम वालेकुम क्या हाल है ठीक हो फिट हो मजे चो अ मामा दोस्त टाइम मैं वीडियो लिया मामा बांज अउटिंग करने वास्त आके सीन बड़ा खराब हो लूसी बहार लुमा लेकिन पिछे दे देखो आ, फुल खराब हो पी है रात आई है बारिश इतनी बारिश के नहेर सी नर की वजह तो देखो सारी कणक जी ਇਹ ਆਪਣਾ ਮੱਕੀ ਹੈ ਕੁਝ ਲੋਕਾਂ ਨੇ ਮਛਲਾ ਵੈਸੇ ਲੱਗਦੇ ਟਪਦੇ ਨੇ ਥੋੜੀ ਇਹ ਕੁਝ ਵੈਸੇ ਬਰਬਾਦ ਹੋਈ ਪੀ ਗਰੀਬ ਦੀ ਇਹ ਟੋਟਲੀ ਖਰਾਬ ਹੋ ਗਈ ਮੈਂ ਕਿਹਾ ਆ ਕੇ ਅਸੀਂ ਆਦਾ ਖੱਪਾ ਨਹੀਂ ਸੀ ਤੇ ਜਦੋਂ ਅਗਲੇ ਨੇ ਹਾਲਾਤ ਦੇਖੇ ਤਾਂ ਮੈਂ ਕਿਹਾ ਯਾਰ ਇੱਥੇ ਕੀ ਗੱਲ ਕਰਾਂ ਕੀ ਆਦੀ ਖੱਪ ਕੀ ਪਣੀ ਇਹਨਾਂ ਦੇ ਵਿੱਚ ਰਹਿੰਦੇ ਆਦੀ ਹਾਲਾਤ ਡੁੱਬੇ ਪਏ ਆਏ ਨਾ ਨਾ ਕਰੀਂ ਆਜੋ ਮੈਂ ਕਿਹਾ ਚਲੋ ਕੋਈ ਨਹੀਂ ਜ਼ਿੰਦਗੀ ਮੇ ਜੋ ਹੁੰਦਾ ਹੈ ਅੱਛੇ ਲਈ ਹੁੰਦਾ ਹੈ ਜੋ ਕੁਝ ਹੋਇਆ ਠੀਕ ਹੋਇਆ ਨਹੀਂ ਹੋਇਆ ਤਾਂ ਵੀ ਠੀਕ ਹੈ ਇਹ ਜਿੰਨਾ ਵੀ ਹੋਇਆ ਕੋਈ ਨਹੀਂ ਖੈਰ ਅੱਲਾ ਵਾਰਸ ਹੈ ਨੁਕਸਾਨ ਅੱਲਾ ਵੱਲ ਹੋਇਆ ਕਿਹੜਾ ਕਿਸੇ ਬੰਦੇ ਨੇ ਜਾਣ ਕੇ ਕੀਤਾ ਸੁਣਾਓ ਭਾਈ ਜਾਨ ਮਜ਼ੇ ਚ ਆ ਯਾਰ ਤੂੰ ਤੇ ਬੋਲ ਯਾਨੀ ਯਾਰ ਕੇ ਸਭ ਤੋਂ ਵਲੌਗ ਵੈਲਕਮ ਬੈਕ ਟੂ ਵੀਡੀਓ ਆ ਇਹ ਕਹਿੰਦਾ ਮੈਂ ਵਲੌਗਿੰਗ ਕਰਨੀ ਮੈਂ ਕਹਾ ਵਲੌਗਿੰਗ ਕਰਨ ਦਾ ਕਿਹੜਾ ਰੋਲਾ ਮਾਮਾ ਤੇਰੇ ਨਾਲ ਜੋ ਮਰਜ਼ੀ ਕਰ ਦਿਲ ਕਰਦਾ ਉਹ ਕਰ ਆਪਾਂ ਕਿਸੇ ਕੋ ਕਿਹੜਾ ਦਾਣੇ ਲੈਣੇ ਕਹਿੰਦਾ ਠੀਕ ਆ ਮਾਮੂ ਮੈਂ ਵੀ ਵਲੌਗਿੰਗ ਕਰੂੰਗਾ ਮੈਨੇ ਕਹਾ ਇਟਸ ਓਕੇ ਲੈਟਸ ਟ੍ਰਾਈ ਲੇਕਿਨ ਨਹੀਂ ਮਜ਼ਾ ਆ ਰਹਾ ਅਭੀ ਬੱਚਾ ਨਾ ਅਭੀ ਕਰ ਨਹੀਂ ਸਕੇਗਾ ਉਹਨੂੰ ਕੋ ਮਾਮੇ ਮਾਮੇ ਕੋਲ ਨਹੀਂ ਵਲੋਗਿੰਗ ਹੁੰਦੀ ਬੰਜ ਨੇ ਕੀ ਕਰਨੀ ਅਜੇ ਤਾਂ ਅਸੀਂ ਨਹੀਂ ਲੈਵਲ ਤੇ ਪਹੁੰਚੇ ਤੇ ਸਾਨੂੰ ਟਾਈਮ ਲੱਗੇਗਾ ਲੈਵਲ ਤੇ ਕਿਸੇ ਤੇ ਪਹੁੰਚਣ ਵਾਸਤੇ ਜਿਵੇਂ ਕਹਿੰਦਾ ਨਾ ਕਿ ਬੇਸਿਕਲੀ ਵਲੋਗਿੰਗ ਦਾ ਮਕਸਦ ਹੁੰਦਾ ਆ ਆਪਣੀ ਗੱਲ ਦੂਸਰਨ ਐਕਸਪ੍ਰੈਸ ਕਰਨਾ ਉਹਨਾਂ ਦੀ ਕਰ ਪਛਾਣਨਾ ਐਕਸਪ੍ਰੈਸ ਹੁੰਦਾ ਜੋ ਵੀ ਹੁੰਦਾ ਜੋ ਵੀ ਹੁੰਦਾ ਠੀਕ ਆ ਆਓ ਯਾਰ ਮੇਰੇ ਕੋਲ ਹੁੰਦਾ ਟਾਈਮ ਇਸ ਟਾਈਮ ਹੀ ਰੋਜ਼ੇ ਦੇ ਟਾਈਮ ਰੋਜ਼ੇ ਦੇ ਟਾਈਮ ਸਾਡੇ ਕੋਲ ਹੁੰਦਾ ਟਾਈਮ ਹੀ ਜਰਾਜਾ ਜਰਾਜਾ ਮੇਰੀ ਜਾਨ ਜਰਾਜਾ ਰੋਜ਼ੇ ਦੇ ਵਿੱਚ ਸਾਡੇ ਕੋਲ ਟਾਈਮ ਹੁੰਦਾ ਹੈ ਯੋ ਅੱਧਾ ਘੰਟਾ ਘੰਟਾ ਉਸੇ ਦੇ ਵਿੱਚ ਅਸੀਂ ਖੱਪ-ਖੱਪ ਕਰ ਲੈਂਦੇ ਆ ਗੱਲਬਾਤ ਕਰ ਲੈਂਦੇ ਆ ਦੋਸਤਾਂ ਆ ਯਾਰਾਂ ਨਾਲ ਲੂਸੀਅਸ ਨੂੰ ਬਾਹਰ ਲੈਣੇ ਆ ਲੂਸੀਅਸ ਇਧਰ ਆ ਉਸੇ ਇਸ ਕੰਮ ਇਹਦਾ ਲੂਸੀਅਸ ਹਨ ਇਹਦੀ ਪਤਨੀ ਇੱਕ ਅਜੀਬੀ ਖਾਸੀਅਤ ਵੜੀ ਖੜੀ ਨਾ ਨਾ ਐਸੇ ਮਤ ਕਰੋ ਐਸੇ ਨਾ ਕਰੋ ਬਾਈਟ ਕਰ ਲੇਗਾ ਬਾਈਟ ਨਾ ਕਰੇਗਾ ਤਾਂ ਨਾਰਾਜ਼ ਹੋ ਜਾਏਗਾ ਆਪਸੇ ਯਾਰ ਐਵੇਂ ਹੁੰਦਾ ਕਿ ਸਾਡੇ ਕੋਲ ਹੁੰਦਾ ਟਾਈਮ ਹੀ ਉਹ ਅਸੀਂ ਇਹਦੇ ਵਿੱਚ ਹੀ ਬਾਹਰ ਆਣੇ ਆ ਇਹਦੇ ਵਿੱਚ ਹੀ ਖਾਪਣੇ ਆ ਇਹਦੇ ਵਿੱਚ ਹੀ ਸਭ ਕੁਝ ਕਰਨੇ ਆ ਲੇਕਿਨ ਸਾਡਾ ਜਿਹੜਾ ਲੂਸੀਅਸ ਹਨ ਉਹ ਸਾਨੂੰ ਤੰਗ ਕਰਨ ਲੱਗ ਗਿਆ ਇਸ ਕਰ ਤੰਗਵੇਂ ਕਰਨ ਲੱਗ ਗਿਆ ਕਿ ਅੱਗੇ ਆਉਂਦਾ ਸੀ ਨ ਅੱਗੇ ਸਾਡੇ ਨਾਲ ਦਾ ਅੱਛਾ ਵਿਊ ਪਿਆਰਾ ਲੱਗ ਰਿਹਾ ਇਹਨੂੰ ਇਹਨੂੰ ਮੈਂ ਜਾਣ ਕੇ ਲੈ ਕੇ ਆਨਾ ਇਸ ਪਾਸੇ ਵਜ੍ਹਾ ਕੀ ਹੁੰਦੀ ਹੈ ਕਿ ਇਹ ਸਾਰੇ ਦਿਨ ਘਰ ਰਹਿੰਦਾ ਨਾ ਤੇ ਯਾਰ ਘਰ ਰਹਿਣ ਦੇ ਵਿੱਚ ਇੱਕੋ ਜਗ੍ਹਾ ਤੇ ਬੈਠ ਬੈਠ ਕੇ ਇਨਸਾਨ ਵੀ ਬੋਰ ਹੋ ਜਾਂਦਾ ਇਨਸਾਨ ਤੇ ਜਾਨਵਰ ਸਮਝ ਲਓ ਸੇਮ ਕੈਟਾਗਰੀ ਹੈ ਜਿਵੇਂ ਇਨਸਾਨ ਬੋਰ ਹੋ ਜਾਂਦਾ ਇਹ ਵੀ ਵਿਚਾਰਾ ਬੋਰੀ ਹੋ ਜਾਂਦਾ ਮੈਂ ਕਹਿੰਦਾ ਕੋਈ ਨਹੀਂ ਮੇਰੇ ਵਾਸਤੇ ਅਗਰ ਪ੍ਰੋਬਲਮ ਵੀ ਹੈ ਤੇ ਇਟਸ ਓਕੇ ਪਰ ਇਹਨੂੰ ਮੈਂ ਬਾਹਰ ਲੈ ਕੇ ਆਵਾਂਗਾ ਇਹਨੂੰ ਬਾਹਰ ਲੈ ਕੇ ਜਾਵਾਂਗਾ ਇਹਨੂੰ ਬਾਹਰ ਜਾ ਕੇ ਖਾਪੂਆਵਾਂਗਾ ਹੁਣ ਇਹਨੂੰ ਲੈ ਕੇ ਆਇਆ ਤੇ ਹੁਣ ਅੱਜ ਬਾਲ ਵੀ ਲੈਣਾ ਭੁੱਲ ਗਿਆ ਸਾਹਮਣੇ ਹੈ ਡਿਗੀ ਸਾਡਾ ਪਲੇਗਰਾਉਂਡ ਪਲੇਗਰਾਉਂਡ ਦੇ ਵਿੱਚ ਲੈ ਆਨੇ ਆ ਤੇ ਉਸ ਜਗ੍ਹਾ ਤੇ ਆ ਕੇ ਇਹਨਾਂ ਨੂੰ ਬਾਲ ਸੱਟਦੇ ਆ ਤੇ ਬਾਲ ਕੈਪਚਰ ਕਰਦਾ ਹੈ ਬਾਲ ਦੇ ਮਗਰ ਖੇਡਦਾ ਹੈ ਯਾਨੀ ਕਿ ਬਾਲ ਦੇ ਨਾਲ ਖੇਡਦਾ ਨਾ ਤੇ ਸਹੀ ਰਹਿੰਦਾ ਅੱਜ ਅਸੀਂ ਲੈ ਕੇ ਨਹੀਂ ਆਏ ਤੇ ਓਏ ਇਧਰ ਆਈਂ ਆਹ ਸਹੀ ਹੈ ਫੋਕਸ ਆ ਠੀਕ ਹੈ ਲੱਗ ਰ ਓਏ ਇਧਰ ਆ ਕਬੇ ਬਸ ਇਹਨੂੰ ਐਵੇਂ ਲੈ ਆਣਾ ਇਹਦੇ ਨਾਲ ਜੱਟ ਖੱਪ ਕਰ ਨਹੀਂ ਖੱਪ ਦੇ ਨਾਲ ਕੁਛ ਆ ਵੀ ਗੇ ਓਏ ਇਧਰ ਅਸੀਂ ਵੀ ਹਲਕੀ ਭੁਲਕੀ ਗੇਮ ਕਰ ਲੈਂਦਾ ਸੀ ਮੈਂ ਅੱਗੇ ਕ੍ਰਿਕਟ ਦੀ ਲੇਕਿਨ ਹੁਣ ਜਦੋਂ ਦਾ ਇਹ ਆਇਆ ਨਾ ਹੁਣ ਮੈਂ ਗੇਮ ਕਰਦਾ ਹੁਣ ਮੈਂ ਸਿਰਫ ਇਹਨੂੰ ਹੀ ਲੈ ਆਣਾ ਤੇ ਨਾਲ ਲੈ ਆਣ ਲੈ ਆਣੇ ਕੋਈ ਬੱਚੇ ਲੈ ਆਣੇ ਨਾਲ ਉਹਦੇ ਨਾਲ ਆ ਕੇ ਖੇਡਣ ਲੱਗਦਾ ਆ ਯਾਰ ਆਪਨੇ ਬਾਤ ਚੀਤ ਕਰਨੀ ਕਰਨੀ ਹੈ ਤਾਂ ਕਰ ਲੋ ਯਾਰ ਯਾਰ ਮਨ ਕਹਿੰਦਾ ਸੀ ਮਾਮੂ ਮੈਨੇ ਵਲੋਗਿੰਗ ਸਟਾਰਟ ਕਰਨੀ ਮੈਨੇ ਕਹਿਆ ਯਾਰ ਤੂੰ ਵਲੋਗਿੰਗ ਸਟਾਰਟ ਕਰ ਲੈ ਕੋਈ ਮਸਲਾ ਨਹੀਂ लेकिन जर्मन शेफर्ड शफट भी करी मेरे लूसियस के साथ ही कर ली तो व्लॉगिंग स्टार्ट कर ले कहता हैं इसी के साथ लूजर के साथ मैं जो है ना लूसियस के साथ करूँगा व्लॉगिंग में कर ले तो लेकिन बच्चा ना अभी टाइम लगेगा सीखने के लिए है ना कहते ना अभी तो मैंने स्टार्ट किया है असि भी चलने हैं बहुत हो गई खप बाकी व्यू चेक कर रहे सी मैं क्या चलो व्यू भी चेक हो जाए तो वीडियो भी चेक हो जाएगी तो मैं आजा भी आइडिया हो जाएगा कि मैं ਮੈਂ ਸਹੀ ਵੀਡੀਓ ਬਣਾ ਲੈਣਾ ਕਿ ਨਹੀਂ ਬਣਾ ਲੈਣਾ ਇੱਕ ਨਾਲੇ ਇੱਕ ਰੋਜ਼ੇ ਨੇ ਉਵੇਂ ਮਜ਼ਾ ਨਹੀਂ ਆ ਰਿਹਾ ਰਸ਼ ਨਹੀਂ ਹੈ ਹਾਂ ਹੁਣ ਥੋੜੀ ਥੋੜੀ ਹਿੰਮਤ ਜਿਹੜੀ ਹੈ ਨਾ ਠੰਡੀ ਹੋ ਰਹੀ ਹੈ ਸਾਡੀ ਵੀ ਤੇ ਦੇ तकरीबन ਟਾਈਮ ਕਿ ਹੋ ਗਿਆ ਟਾਈਮ ਹੋ ਗਿਆ तकरीबन 5:30 ਪੌਣੇ 6 ਟਾਈਮ ਹੋ ਗਿਆ 5:30 ਪੌਣੇ 6 ਦਾ ਟਾਈਮ ਹੋ ਗਿਆ ਤੇ ਹੁਣ ਪਿੱਛੇ ਟਾਈਮ ਰੋਜ਼ੇ ਦਾ ਵੀ ਨਜ਼ਦੀਕ ਹੈ ਤੇ ਬਸ ਚੱਲਨੇ ਭਾਈ ਜਨ ਓਕੇ ਵੀਡੀਓ ਪਸੰਦ ਆਏ ਤੇ ਲਾਈਕ ਕਰਨਾ ਸਬਸਕ੍ਰਾਈਬ ਕਰਨਾ तो कमेंट करके दसना अगर अन की व्लॉगिंग पसंद आई है क्यों अन ठीक है हाँ तो भाई लोग अब तक लिए यही अगर अच्छी लगी हो तो लाइक करें जरूरी सब्सक्राइब करें तो बाय हाँ, बाय ओके भाई अल्लाह हाफिज